ਸ਼੍ਰੀਕਾਲ ਜੀ, ਚੈਨਲ ਸ਼ਾਨ ਪੰਜਾਬੀ ਦੀ ਪੂਰੀ ਟੀਮ ਚੱਲੀ ਹੈ ਜੀ ਕੈਰੀ ਔਨ ਜੱਟਾ 2 ਦਾ ਪਬਲਿਕ ਰਿਵਿਊ ਜਾਣਨ, ਤੇ ਹੁਣ ਆਪਾਂ ਉੱਥੇ ਜਾ ਕੇ ਪਬਲਿਕ ਦੇ ਰਿਵਿਊ ਜਾਣ ਕੇ ਤੁਹਾਨੂੰ ਦੱਸਦੇ ਹਾਂ ਕਿ ਬੰਦਾ ਮੂਵੀ ਦਾ। ਸਤਿ ਸ਼੍ਰੀ ਅਕਾਲ ਜੀ, ਅਸੀਂ ਪਹੁੰਚੇ ਹਾਂ ਕੈਰੀ ਔਨ ਜੱਟਾ 2 ਦਾ ਰਿਵਿਊ ਜਾਣਨ। ਪਬਲਿਕ ਦੇ ਕੀ ਰਿਵਿਊ ਨੇ ਇਸ ਮੂਵੀ ਨੂੰ ਲੈ ਕੇ, ਉਹ ਮੈਂ ਤੁਹਾਨੂੰ ਦਿਖਾਉਂਗੀ। ਪਿੱਛੇ ਤੁਸੀਂ ਦੇਖ ਪਾ ਰਹੇ ਹੋਣੇ ਕਿ ਬਹੁਤ ਜ਼ਿਆਦਾ ਰਸ਼ ਲੱਗਿਆ ਹੋਇਆ। ਦੂਸਰਾ ਦਿਨ ਹੈ ਮੂਵੀ ਦੀ ਰਿਲੀਜ਼ ਹੋਏ ਨੂੰ, ਐਂਡ ਇਹਨੇ 4.25 ਕਰੋੜ ਦਾ ਬਿਜ਼ਨਸ ਹੁਣ ਤੱਕ ਕਰ ਲਿਆ। ਜਿਵੇਂ ਕਿ ਕੈਰੀ ਔਨ ਜੱਟਾ 1 ਦੇ ਵਿੱਚ ਬਹੁਤ ਹੀ ਹਾਸੇ ਸੀਗੇ, ਕੈਰੀ ਔਨ ਜੱਟਾ 2 ਹੈ ਤਾਂ ਡਬਲ ਹਾਸੇ, ਡਬਲ ਧਮਾਲ ਹੋਣ ਤਾਂ ਵਾਲੀ ਹੈ ਜੀ। ਮੈਂ ਤਾਂ ਆਪਣੀ ਟਿਕਟਸ ਬੁੱਕ ਕਰਾ ਲਈਆਂ ਨੇ, ਮੈਂ ਚੱਲੀ ਹਾਂ ਅੰਦਰ ਪਬਲਿਕ ਦੇ ਰਿਵਿਊਜ਼। ਉਸ ਤੋਂ ਬਾਅਦ ਜਾਣਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਜੀ ਮੂਵੀ ਲੱਗੀ ਕਿਹੋ ਜੀ। ਅਤੇ ਹੁਣ ਦੱਸਦੇ ਹਾਂ ਜੀ ਸਮੀਪ ਕੰਗ ਜੀ ਦੀ ਲਿਖੀ ਹੋਈ ਹੈ ਸਟੋਰੀ, ਉਹਨਾਂ ਨੇ ਹੀ ਡਾਇਰੈਕਟ ਕੀਤੀ ਹੈ। ਵਿੱਚ ਹੈਗੇ ਨੇ ਕਰਮਜੀਤ ਅਨਮੋਲ, ਜਸਵਿੰਦਰ ਪੱਲਾ, ਗੁਰਪ੍ਰੀਤ ਘੁੱਗੀ, ਸੋਨਮ ਬਾਜਵਾ, ਗਿੱਪੀ ਗਰੇਵਾਲ ਜੋ ਕਿ ਮੇਨ ਲੀਡ ਕਰ ਰਹੇ ਨੇ, ਹੈ ਨਾ। ਅਤੇ ਹੁਣ ਦੇਖਦੇ ਹਾਂ ਮੂਵੀ ਦੇ ਵਿੱਚ ਕੀ ਹਾਸੇ ਨੇ, ਕਿੰਨਾ ਕੁ ਟਵਿਸਟ ਹੈਗਾ, ਕੀ ਕੁਝ ਚੇਂਜ ਹੋਇਆ, ਕਾਲਾ ਕੋਟ ਬੀਨੂ ਢਿੱਲੋਂ ਨੇ ਹੁਣ ਦੁਬਾਰਾ ਪਾਇਆ ਤਾਂ ਕਿਉਂ ਪਾਇਆ, ਇਹ ਤੁਹਾਨੂੰ ਸਭ ਕੁਝ ਜਾਣ ਕੇ ਬਤਾਵਾਂਗੇ, ਦੱਸਾਂਗੇ ਜੀ ਬਿਲਕੁਲ ਬਹੁਤ ਚੰਗੀ ਤਰ੍ਹਾਂ ਨਾਲ। ਬਟ ਪਹਿਲਾਂ ਮੂਵੀ ਦੇਖ ਲਈਏ, ਆ ਜਾਓ ਫਿਰ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਮੂਵੀ ਦੇਖਣ ਜਾ ਰਹੇ ਹੋ ਤੁਸੀਂ? ਕੈਰੀ ਔਨ ਜੱਟਾ 2। ਅੱਛਾ, ਕੀ ਮੂਵੀ ਵਿੱਚ ਕੀ ਹੈਗਾ, ਆਈ ਮੀਨ ਕਿ ਤੁਹਾਨੂੰ ਕਿਸ ਚੀਜ਼ ਨੇ ਸਭ ਤੋਂ ਵੱਧ ਅਟਰੈਕਟ ਕੀਤਾ, ਬੀਨੂ ਦੇ ਕਾਲੇ ਕੋਟ ਨੇ ਜਾਂ ਕਿਸ ਚੀਜ਼ ਨੇ? ਲਾਈਕ ਕਾਮੇਡੀ ਨੇ। ਲਾਈਕ ਕਾਮੇਡੀ, ਕਾਮੇਡੀ ਜ਼ਿਆਦਾ। ਪਹਿਲੀ ਮੂਵੀ ਪਹਿਲਾਂ ਦੇਖੀ, ਉਸ 'ਚ ਵੀ ਜ਼ਿਆਦਾ ਕਾਮੇਡੀ ਆ, ਇਸ 'ਚ ਵੀ ਜ਼ਿਆਦਾ ਹੋਊਗੀ, ਸਪੋਜ਼ ਕਰਦੇ ਇਸ 'ਚ ਵੀ ਉਸ ਤੋਂ ਵੱਧ ਹੋਊ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਮੂਵੀ ਦੇਖਣ ਜਾ ਰਹੇ ਹੋ ਤੁਸੀਂ? ਕੈਰੀ ਔਨ ਜੱਟਾ 2। ਕੈਰੀ ਔਨ ਜੱਟਾ, ਕਿਸ ਚੀਜ਼ ਨੇ ਤੁਹਾਨੂੰ ਖਿੱਚਿਆ ਕੈਰੀ ਔਨ ਜੱਟਾ 2 ਵੱਲ? ਮਤਲਬ ਕੈਰੀ ਔਨ ਜੱਟਾ ਪਹਿਲੀ ਵੇਖੀ ਹੋਈ ਆ? ਹਾਂਜੀ ਹਾਂਜੀ, ਫਸਟ ਨੇ, ਬਹੁਤ ਵਾਰ ਦੇਖੀ, ਕਾਫੀ ਵਾਰ, ਉਹਦੇ ਕਰਕੇ ਦੇਖਣ ਜਾ ਰਹੇ। ਕੈਰੀ ਔਨ ਜੱਟਾ 2 'ਚ ਕੀ ਲੱਗ ਰਿਹਾ ਕਿ ਕੀ ਕੁਝ ਨਵਾਂ ਹੋ ਸਕਦਾ? ਕਾਮੇਡੀ ਹੋਊਗੀ, ਉਹੀ ਪਹਿਲਾਂ ਵਾਲੀ ਚੀਜ਼ ਸੀ ਉਹਦੇ ਨਾਲ। ਮੈਂ ਤਾਂ ਬੀਨੂ ਢਿੱਲੋਂ ਕਰਕੇ ਚੱਲਿਆ। ਠੀਕ ਹੈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਮੂਵੀ ਦੇਖਣ ਦਾ ਪਲਾਨ ਬਣਾ ਰਹੇ ਹੋ? ਹਾਂਜੀ, ਕਿਹੜੀ ਮੂਵੀ ਦੇਖਣ ਦਾ ਪਲਾਨ ਬਣਾ? ਕੈਰੀ ਔਨ ਜੱਟਾ 2 ਦੇਖਣ ਦਾ ਪ੍ਰੋਗਰਾਮ ਹੈਗਾ ਸਾਡਾ ਜੀ। ਹਾਂਜੀ, ਕੀ ਮੂਵੀ ਵੱਲ ਕਿਸ ਚੀਜ਼ ਨੇ ਖਿੱਚਿਆ, ਕੈਰੀ ਔਨ 1 ਨੇ ਖਿੱਚਿਆ ਜਾਂ ਫਿਰ ਤੁਹਾਡਾ ਕੋਈ ਫੇਵਰਿਟ ਕੈਰੈਕਟਰ ਇਸ ਮੂਵੀ ਦੇ ਵਿੱਚ? ਨਹੀਂ, ਕੈਰੈਕਟਰ ਤਾਂ ਨਹੀਂ, ਵੈਸੇ 1 ਬੜੀ ਕਮੇਡੀ ਸੀ, ਪੂਰੀ ਕਮੇਡੀ ਸੀ, ਹੁਣ 2 ਵੀ ਕਮੇਡੀ ਸਾਨੂੰ ਉਮੀਦ ਹੈ ਕਿ ਹੋਵੇਗੀ, ਮਤਲਬ ਕਹਿਣ ਦੇ, ਸੋਚਣ ਦੇ, ਦੇਖਣ ਦੇ ਸਾਰਿਆਂ ਨੂੰ ਸ਼ੁੱਕ ਕਿ ਹੈਗੀ ਹੈ, ਤਾਂ ਹੀ ਅਸੀਂ ਇਸ ਲਈ ਇੱਧਰ ਨੂੰ ਆਏ। ਕੈਰੀ ਔਨ ਜੱਟਾ 2। ਫਾਈਨਲੀ ਜੀ 6 ਸਾਲ ਦੀ ਹੋ ਗਈ ਹੈ ਵੇਟ ਓਵਰ, ਕਿਉਂਕਿ ਕੈਰੀ ਔਨ ਜੱਟਾ 2 ਜਿਹੜੀ ਕਿ ਕੈਰੀ ਔਨ ਜੱਟਾ 1 ਵਾਲੋਂ 6 ਸਾਲ ਬਾਅਦ ਆ ਗਈ ਹੈ, ਅਤੇ ਫਾਈਨਲੀ ਵੇਟ ਹੋ ਗਈ ਹੈ ਡਬਲ, ਕਿਉਂਕਿ ਡਬਲ ਧਮਾਲ ਹੋਣ ਵਾਲਾ, ਡਬਲ ਹਾਸੇ ਹੋਣ ਵਾਲੇ ਆ ਇਸ ਮੂਵੀ ਦੇ ਵਿੱਚ। ਜਿਹੜੀ ਕਿ ਆਡੀਅੰਸ ਆ ਰਹੀਆਂ ਨੇ ਉਹ ਸਭ ਇਹੀ ਕਹਿ ਰਹੀਆਂ ਨੇ ਕਿ ਹੱਸ ਕੇ ਲੋਟ ਪੋਟ ਹੋ ਗਏ ਨੇ, ਹੈ ਨਾ। ਮੈਨੂੰ ਤਾਂ ਮੂਵੀ ਦੇਖ ਕੇ ਬਹੁਤ ਮਜ਼ਾ ਆਇਆ, ਅਤੇ ਹੁਣ ਆਪਾਂ ਰਿਵਿਊਜ਼ ਜਾਣਦੇ, ਮੈਂ ਜਿਵੇਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਕਿ ਆਪਾਂ ਰਿਵਿਊਜ਼ ਜਨਾਵਾਂਗੇ ਤੁਹਾਨੂੰ, ਅਤੇ ਹੁਣ ਦੇਖਦੇ ਹਾਂ ਕਿੰਨਾ ਕੁ ਵਧੀਆ ਰਿਹਾ ਰਿਸਪੋਂਸ ਪਬਲਿਕ ਦਾ। ਮੇਰਾ ਤਾਂ ਵਧੀਆ ਬਹੁਤ ਰਿਹਾ, ਪਰ ਹੁਣ ਪਬਲਿਕ ਦਾ ਜਾਣ ਕੇ ਤੁਹਾਨੂੰ ਦੱਸਦੇ ਹਾਂ, ਆ ਜਾਓ ਫਿਰ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਮੂਵੀ ਦੇਖ ਕੇ ਆਏ ਹੋ ਤੁਸੀਂ? ਮੈਮ, ਕੈਰੀ ਔਨ ਜੱਟਾ 2 ਦੇਖ ਕੇ ਆਏ ਜੀ, ਬਹੁਤ ਘੈਂਟ ਪਿਕਚਰ ਆ ਜੀ ਉਹ, ਤਾਂ ਗਿੱਪੀ ਗਰੇਵਾਲ ਤਾਂ ਸਾਡਾ ਕਿਹੜਾ ਵਧੀਆ ਲੱਗਿਆ ਸਭ ਤੋਂ ਜ਼ਿਆਦਾ? ਗਿੱਪੀ ਗਰੇਵਾਲ ਜੀ ਆਪਾਂ, ਹਾਂਜੀ, ਦੇ ਵਿੱਚ ਡਬਲ ਹਾਸੇ ਆ ਬਹੁਤ ਜ਼ਿਆਦਾ ਜੀ, ਮੇਰੇ ਤਾਂ ਹੱਸ ਕੇ ਮੇਰੇ ਤਾਂ ਢਿੱਡ ਦੁਖਣ ਲੱਗ ਗਿਆ ਜੀ, ਲੋਟਪੋਟ ਹੋ ਗਏ ਹੋਣੇ ਹੱਸ ਕੇ। ਹਾਂਜੀ, ਆਪ ਇਕੱਲੇ ਸੀਗੇ ਜੀ, ਇਕੱਲੇ ਗਏ ਸੀ ਦੇਖਣ। ਥੈਂਕ ਯੂ ਸੋ ਮਚ। ਕੀ ਮੂਵੀ ਦੇਖਣ ਜਾ ਰਹੇ ਹੋ? ਕੈਰੀ ਔਨ ਜੱਟਾ 2। ਕੈਰੀ ਔਨ ਜੱਟਾ 2, ਕੀ ਚੀਜ਼ ਹੈ ਜਿਹਨੇ ਖਿੱਚਿਆ ਤੁਹਾਨੂੰ ਕੈਰੀ ਔਨ ਜੱਟਾ ਵੱਲ? ਮਤਲਬ ਕੋਈ ਕੈਰੈਕਟਰ ਫੇਵਰੇਟ ਹੈਗਾ ਜਾਂ ਕੀ, ਮਤਲਬ ਸਿਰਫ ਕਾਮੇਡੀ? ਗਿੱਪੀ ਗਰੇਵਾਲ ਦਾ ਕੈਰੈਕਟਰ ਅਤੇ ਉਹਨਾਂ ਦੇ ਸੌਂਗਸ। ਓਕੇ, ਤੁਹਾਨੂੰ ਜੀ ਮੂਵੀ ਪਹਿਲੀ ਬਹੁਤ ਅੱਛੀ ਸੀ, ਇਸ ਕਰਕੇ ਕਾਫੀ ਉਹ ਸੀਗੇ ਦੇਖਣੀ ਹੈ ਦੂਜੀ ਮੂਵੀ ਵੀ। ਲਿਟਲ ਬੋਏ ਕੈਸੀ ਲੱਗੀ ਮੂਵੀ? ਅੱਛੀ ਅੱਛੀ ਲੱਗੀ। ਕਿੰਨੇ ਸਟਾਰਸ ਦੋਗੇ ਮੂਵੀ ਕੋ? ਫੁੱਲ ਫੁੱਲ 5 out of 5। ਓਕੇ, ਆਪ ਕਿੰਨੇ ਸਟਾਰਸ ਦੋਗੇ? 4.5 4। ਕੱਲ ਜੀ ਕਿਹੜੀ ਮੂਵੀ ਦੇਖ ਕੇ ਆਏ ਹੋ? ਕੈਰੀ ਔਨ ਜੱਟਾ। ਕਿਹੋ ਜੀ ਲੱਗੀ ਮੈਮ ਮੂਵੀ? ਬਕਵਾਸ ਬਕਵਾਸ ਲੱਗੀ। ਸਤਿ ਸ਼੍ਰੀ ਅਕਾਲ ਸਰ, ਕਿਵੇਂ ਹੋ? ਕਿਹੋ ਜੀ ਲੱਗੀ ਜੀ ਮੂਵੀ? ਬਹੁਤ ਵਧੀਆ ਲੱਗੀ ਜੀ। ਕਿੰਨੇ ਸਟਾਰ ਦੇਣਾ ਚਾਹੋਗੇ? 5 stars। ਸਭ ਤੋਂ ਵਧੀਆ ਕਾਮੇਡੀ ਕਿੰਨੇ ਕੀਤੀ ਹੈ ਇਸ ਮੂਵੀ 'ਚ? ਘੁੱਗੀ ਨੇ। ਘੁੱਗੀ ਨੇ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਮੂਵੀ ਦੇਖ ਕੇ ਆਏ ਹੋ? ਅਸੀਂ ਕੈਰੀ ਔਨ ਜੱਟਾ 2। ਮੂਵੀ ਕਿਹੋ ਜੀ ਲੱਗੀ? ਬਹੁਤ ਵਧੀਆ ਜੀ। ਕਿੰਨੇ ਸਟਾਰ ਦੇਣਾ ਚਾਹੋਗੇ? 5 stars ਦੇਣਾ ਚਾਹੁੰਦੇ। ਤੁਸੀਂ ਕਿੰਨੇ ਸਟਾਰ ਦੋਗੇ ਜੀ? 5 stars ਦੇਣਾ ਚਾਹੁੰਦੇ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਮੂਵੀ ਦੇਖ ਕੇ ਆਏ ਹੋ? ਕੈਰੀ ਔਨ ਜੱਟਾ। ਕੈਸੀ ਲੱਗੀ ਮੂਵੀ ਬਤਾਓ? ਫੈਬਲਸ, ਬਹੁਤ ਅੱਛੀ। ਸਭ ਤੋਂ ਵਧੀਆ ਐਕਟਿੰਗ ਕਿਸ ਕੀ ਲੱਗੀ? ਸਭ ਤੋਂ ਵਧੀਆ ਕਿੰਨੇ ਹਸਾਇਆ ਸਭ ਤੋਂ ਜ਼ਿਆਦਾ ਮੂਵੀ 'ਚ? ਸਾਰਿਆਂ ਨੇ ਹਸਾਇਆ। ਡਾਇਲੌਗਸ ਵਗੈਰਾ ਕੁਝ ਚੇਂਜ ਨਹੀਂ ਆ, ਉਹੀ ਡਾਇਲੌਗ ਨੇ ਚੇਂਜ? ਓਕੇ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਮੂਵੀ ਦੇਖ ਕੇ ਆਏ ਹੋ? ਹਾਂਜੀ, ਕਿਹੜੀ ਮੂਵੀ ਦੇਖ ਕੇ ਆਏ ਹੋ? ਇਹ ਜੂਲੀਅਟ 2, ਕੈਰੀ ਔਨ ਜੱਟਾ 2। ਕਿਹੋ ਜਿਹੀ ਲੱਗੀ ਮੂਵੀ? ਬਹੁਤ ਅੱਛੀ। ਕਿੰਨੇ ਸਟਾਰਸ ਦੋਗੇ? 5 stars। ਥੈਂਕ ਯੂ, ਬਹੁਤ ਵਧੀਆ, ਇੱਕਦਮ ਹਿੱਟ, ਖੁਸ਼ ਹਾਂ। ਇਹੋ ਜਿਹਾ ਗੰਦਾ ਸਾਲਾ ਨਾ ਚਿੱਟਾ ਨਾ ਕਾਲਾ। ਕਾਮੇਡੀ ਕਿਹਦੀ ਵਧੀਆ ਲੱਗੀ? ਇਹੋ ਜਿਹਾ ਸਾਲਾ ਨਾ ਚਿੱਟਾ ਨਾ ਕਾਲਾ, ਕਿਆ ਬਾਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕਿਹੋ ਜਿਹੀ ਲੱਗੀ ਮੂਵੀ? ਬਹੁਤ ਵਧੀਆ ਸੀਗੀ ਜੀ। ਕਿਹੜੀ ਮੂਵੀ ਦੇਖ ਕੇ ਆਏ ਹੋ? ਕੈਰੀ ਔਨ ਜੱਟਾ। ਸਭ
ਹਾਂਜੀ ਕਹਿੰਦੇ ਕਿ ਕਾਮੇਡੀ ਦੇ ਵਿੱਚ ਹਸਾਇਆ ਕਿੰਨੇ ਲੋਟਪੋਟ ਕਿੰਨੇ ਕੀਤਾ ਬਹੁਤ ਸਾਰੇ ਦੇ ਜੀ ਸਾਰੇ ਸਾਰੇ ਹਾਂਜੀ ਹਾਂਜੀ ਕਿੰਨੇ ਸਟਾਰ ਦੇਣਾ ਚਾਹੋਗੇ 5 ਸਟਾਰ ਜੀ ਫਾਈਵ ਸਟਾਰ ਜੀ ਕੈਰੀ ਔਨ ਜੱਟਾ 2 ਅੱਜ ਦੇਖ ਕੇ ਵਧੀਆ ਦੇ ਤਰੀਕੇ ਨਾਲ ਕਹਿ ਦਿਓ ਕਿਹੜੀ ਮੂਵੀ ਦੇਖਿਆ ਕੈਰੀ ਔਨ ਜੱਟਾ 2 ਓਕੇ ਤੇ ਕਿਹੋ ਜਿਹੀ ਲੱਗੀ ਮੂਵੀ ਬਹੁਤ ਵਧੀਆ ਜੀ ਕਿੰਨੇ ਹਸਾਇਆ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਢਿੱਲੋਂ ਸਾਹਿਬ ਨੇ ਫਸਟ ਸੀਗਾ ਵਧੀਆ ਇਸ ਕੈਰੀ ਔਨ ਜੱਟਾ 2 ਫਸਟ ਦਾ ਵੀ ਅਲਟੀਮੇਟ ਹੈ ਸੈਕਿੰਡ ਵੀ ਵਧੀਆ ਲੱਗੀ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਜੀ ਕਿਹੜੀ ਮੂਵੀ ਦੇਖ ਕੇ ਆਏ ਹੋ ਕੈਰੀ ਔਨ ਜੱਟਾ 2 ਦੀ ਕਿਹੋ ਜਿਹੀ ਲੱਗੀ ਮੂਵੀ ਬਹੁਤ ਸਹੀ ਸੀਗੀ ਜੀ ਓਕੇ ਸਟਾਰਸ ਕਿੰਨੇ ਦੇਣਾ ਚਾਹੋਗੇ ਰੇਟਿੰਗ ਚ 5 ਸਟਾਰ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਕਿਹੜੀ ਮੂਵੀ ਦੇਖ ਕੇ ਆਏ ਹੋ ਜੱਟ ਕੈਰੀ ਔਨ ਜੱਟਾ 2 ਓਕੇ ਕਿਹੋ ਜਿਹੀ ਲੱਗੀ ਮੂਵੀ ਤੁਹਾਨੂੰ ਮਸਤ ਇੱਕਦਮ ਝੱਕਾਸ ਸਤਿ ਸ਼੍ਰੀ ਅਕਾਲ ਮੈਮ ਕਿਹੜੀ ਮੂਵੀ ਦੇਖ ਕੇ ਆਏ ਹੋ ਕੈਰੀ ਔਨ ਜੱਟਾ 2 ਕਿਹੋ ਜਿਹੀ ਲੱਗੀ ਮੈਮ ਮੂਵੀ ਬਹੁਤ ਹੱਸ ਹੱਸ ਕੇ ਲੋਟਪੋਟ ਕਰਾਇਆ ਪੂਰਾ ਬਿਲਕੁਲ ਕਿੰਨੇ ਪੁਆਇੰਟਸ ਦੋਗੇ ਪੰਜੋ ਬਿਨੂ ਢਿੱਲੋਂ ਨੇ ਵੀ ਤੇ ਜਿਹੜੇ ਸੀਨ ਸੀਗੇ ਦੋ ਵਧੀਆ ਸੀ ਬਹੁਤ ਵਧੀਆ ਸੀ 5 ਦੇ ਵਿੱਚ ਕਿੰਨੇ ਸਟਾਰ 5 ਤੋਂ 4 ਮੂਵੀ ਨੇ ਤਾਂ ਜੀ ਪਬਲਿਕ ਨੂੰ ਹਸਾ ਕੇ ਕਰਤਾ ਲੋਟਪੋਟ ਮੈਨੂੰ ਤਾਂ ਮੂਵੀ ਬਹੁਤ ਵਧੀਆ ਲੱਗੀ ਤੇ ਪਬਲਿਕ ਨੂੰ ਵੀ ਸਾਡੀ ਮੂਵੀ ਬਹੁਤ ਹੀ ਪਸੰਦ ਆਈ ਆ ਤੇ ਪਬਲਿਕ ਵਿਊਜ਼ ਦੇ ਅਕੋਰਡਿੰਗ ਤੇ ਸਾਡੇ ਚੈਨਲ ਸ਼ਾਨ ਪੰਜਾਬੀ ਵੱਲੋਂ ਅਸੀਂ ਮੂਵੀ ਨੂੰ ਦਿੰਨੇ ਆ 4.5 ਪੁਆਇੰਟ ਬਹੁਤ ਹੀ ਹਿੱਟ ਧਮਾਲ ਮੂਵੀ ਆ ਜੀ ਜ਼ਰੂਰ ਦੇਖਣ ਜਾਓ ਸਿਨੇਮਾ ਘਰਾਂ ਦੇ ਵਿੱਚ ਕਿਉਂਕਿ ਪਹਿਲੇ ਦਿਨ ਇਸ ਮੂਵੀ ਨੇ 4.25 ਕਰੋੜ ਦਾ ਬਿਜ਼ਨਸ ਕਰ ਲਿਆ ਬਲੌਕਬਸਟਰ ਰਹੀ ਹੈ ਜੀ ਮੂਵੀ ਹਿਸਟਰੀ ਕ੍ਰੀਏਟ ਕਰਦੀ ਹੈ ਤੇ ਹੁਣ ਦੇਖਦੇ ਹਾਂ ਜੀ ਦਰਸ਼ਕ ਦੂਸਰੇ ਦਿਨ ਕਿੰਨਾ ਕੁ ਰਸ਼ ਪਾਉਂਦੇ ਆ ਉੱਧਰ ਦੇਖੋ ਜੀ ਬਹੁਤ ਰਸ਼ ਹੈ ਹਜੇ ਵੀ